ਸਤਿ ਸ਼੍ਰੀ ਅਕਾਲ ਗਾਇਸ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਉਮੀਦ ਕਰਦਾ ਤੁਸੀਂ ਵੀ ਠੀਕ ਠਾਕ ਹੋਵੋਗੇ। ਅੱਜ ਟਾਈਮ 4 ਵੱਜ ਚੁੱਕੇ ਨੇ, ਸਵੇਰ ਦਾ ਵਲੋਗ ਹੁਣ ਸ਼ੁਰੂ ਕਰਨ ਲੱਗੇ ਹਾਂ, ਬਣਾਉਂਦੇ ਹਾਂ ਫਿਰ ਵਲੋਗ, ਬਣੇ ਰਹੋ। ਲਓ ਜੀ, ਬੱਚੇ ਟੀਵੀ ਦੇਖਦੇ ਨੇ ਤੇ ਇੱਧਰ ਬਣ ਰਹੀ ਹੈ ਚਾਹ 4:30 ਵਜੇ ਦੀ। ਸੁਸਤੀ ਜਿਹੀ ਵਾਲਾ ਦਿਨ ਆ ਨਾ ਅੱਜ, ਸੁੱਤੇ ਹੀ ਪਏ ਆ ਸਾਰੇ। ਚਲੋ ਕੋਈ ਨੀ, ਚਾਹ ਪੀ ਕੇ ਥੋੜੀ ਜਿਹੀ ਚੁਸਤੀ ਲਿਆਉਂਦੇ ਆ ਤੇ ਫਿਰ ਕਰਦੇ ਆ ਗੱਲਬਾਤ, ਠੀਕ ਹੈ? ਸੋ ਲਓ ਜੀ, ਚਾਹ ਪੀ ਰਹੇ ਹਾਂ ਜੀ, ਕੰਡੇ ਤੇ ਹੋ ਕੇ ਫਿਰ ਦੇਖਦੇ ਹਾਂ, ਕੋਈ ਪਲਾਨ ਪਲੂਨ ਬਣਾਉਂਦੇ ਹਾਂ, ਕਿਤੇ ਘੁੰਮ ਕੇ ਆਉਂਦੇ ਹਾਂ, ਗੋਲ ਗੱਪੇ ਖਾ ਕੇ ਆਉਂਦੇ ਹਾਂ। ਇੱਧਰ ਖੁਸ਼ ਹੋਏ ਪਏ ਨੇ ਬੱਚੇ, ਇਹਦੀ ਟਿਊਸ਼ਨ ਦੀ ਛੁੱਟੀ ਹੋ ਗਈ ਅੱਜ। ਛੁੱਟੀ ਆ? ਚਲੋ ਓਏ, ਤੂੰ ਵੀ ਉੱਠ ਗਿਆ? ਗਾਇਸ, ਮੌਸਮ ਦੀ ਅਪਡੇਟ ਇਹ ਹੈ ਵੀ ਬਾਹਰ ਹਵਾ ਚੱਲ ਪਈ ਆ ਤੇ ਥੋੜੇ ਥੋੜੇ ਬੱਦਲ ਨੇ, ਉਮੀਦ ਹੈ ਵੀ ਮੀਂਹ ਆ ਸਕਦਾ। ਤੇ ਇੱਧਰ ਬੱਚੇ ਇੰਨਾ ਕੁ ਤੰਗ ਕਰਦੇ ਨੇ, ਲੱਗਦਾ ਥਪੜਿਆਂ ਦਾ ਮੀਂਹ ਵੀ ਛੇਤੀ ਆ ਸਕਦਾ। ਸੋ ਦੇਖਦੇ ਹਾਂ, ਪਹਿਲਾਂ ਬਾਹਰ ਮੀਂਹ ਆਉਂਦਾ ਕਿ ਅੰਦਰ ਮੀਂਹ ਆਉਂਦਾ, ਠੀਕ ਹੈ? ਧਿਆਨ ਨਾਲ, ਮੀਂਹ ਆ ਸਕਦਾ, ਤੁਹਾਡੇ 'ਤੇ ਵੀ ਪੈ ਸਕਦਾ ਥਪੜਿਆਂ ਦਾ ਮੀਂਹ। ਨੂਰ ਕੀ ਡਾਲ ਲੈ ਤੂੰ। ਲਓ ਜੀ, ਐਮੀ ਆ ਗਈ, ਪੱਗ ਬੰਨੀ ਅੱਜ ਇਹਨੇ ਮੇਰੀ, ਹੈਨਾ? ਆਪਣੇ ਆਪ ਬੰਨੀ ਆ? ਸੋਹਣੀ ਲੱਗਦੀ ਆ ਤੇਰੇ ਪੱਗ, ਹੈਨਾ? ਹਾਂ ਹਾਂ, ਮੇਰੀ ਪੱਗ ਰੱਖੀ ਆ, ਸੋਹਣੀ ਲੱਗਦੀ ਆ, ਹੈਨਾ ਐਮੀ? ਲਓ ਜੀ, ਮੋਟਰ ਭਰ ਗਈ, ਕਰ ਦਿੰਦੇ ਜੀ, ਕਰ ਦਿੰਦੇ। ਚਲੋ ਜੀ, ਚੱਲੀਏ ਦੁੱਧ ਲੈਣ, ਤੇ ਥੋੜਾ ਜਿਹਾ ਨਾਲੇ ਲੱਤਾਂ ਸਿੱਧੀਆਂ ਹੋ ਜਾਣਗੀਆਂ, ਸਵੇਰ ਦੇ ਘਰ ਹੀ ਸੀਗੇ। ਸੋ ਗਾਇਸ, ਅਸੀਂ ਚੱਲੇ ਹਾਂ ਹੁਣ ਮਾਰਕੀਟ, ਤੇ ਆ ਹੈ ਸਾਡੀ ਸਵਾਰੀ, ਚੱਲੀਏ ਫਿਰ। ਕੀ ਕਰਨਾ ਮਾਰਕੀਟ ਜਾ ਕੇ? ਮੋਮੋਜ਼ ਖਾ ਕੇ ਆਉਂਦੇ ਹਾਂ ਨਾ। ਲਓ ਜੀ, ਇਹ ਹੈਗੀ ਹਰੀਨਗਰ ਦੀ ਘੰਟਾ ਘਰ ਮਾਰਕੀਟ, ਤੇ ਇੱਥੇ ਆਏ ਹਾਂ ਅਸੀਂ ਮੋਮੋਜ਼ ਖਾਣ। ਕੁੜੀ ਕਹਿੰਦੀ ਮੋਮੋਜ਼ ਖਾਣੇ ਨੇ, ਮੈਂ ਕਿਹਾ ਚਲੋ ਖਾ ਲੈਂਦੇ ਹਾਂ, ਕਿਹੜੀ ਗੱਲ ਹੈ। ਗੁਰਮਨ, ਤੂੰ ਖਾਣੇ ਨੇ? ਗੰਦੇ ਲੱਗਦੇ ਨੇ ਜੀ ਇਹਨੂੰ। ਲਓ ਜੀ, ਬਾਰੀ ਆ ਗਈ ਆਈਸਕ੍ਰੀਮ ਦੀ, ਹਮੇਸ਼ਾ ਦੀ ਤਰ੍ਹਾਂ ਹਾਂ, ਕਿਹੜੀ ਪਾਣੀ ਵਾਲੀ, ਬਰਫ਼ ਵਾਲੀ ਕਹਿੰਦੇ ਆ ਜਿਹਨੂੰ, 5 ਰੁਪਏ ਵਾਲੀ। ਆਪਾਂ ਲਈ ਹੈ 2-in-1 ਮਦਰ ਡੈਰੀ। ਗੁਰਮਨ ਕਹਿੰਦਾ ਮੈਂ ਖਾਣੀ ਨਹੀਂ, ਥੋੜ੍ਹਾ ਜਿਹਾ ਮੂੰਹ ਮੇਰੇ ਵਾਲੀ 'ਚੋਂ ਮਾਰੂਗਾ, ਥੋੜ੍ਹਾ ਜਿਹਾ ਉਹਦੇ ਵਾਲੀ 'ਚੋਂ, ਹੈ ਨਾ? ਅਤੇ ਠੰਡੀ ਠੰਡੀ ਹਵਾ ਅਤੇ ਬੜੇ ਸਾਰੇ ਇੰਡੀਆ ਦੇ ਝੰਡੇ ਦੇ ਥੱਲੇ ਖੜ ਕੇ ਅਸੀਂ ਆਈਸਕ੍ਰੀਮ ਖਾਣ ਦਾ ਆਨੰਦ ਲੈ ਰਹੇ ਹਾਂ। ਉਹ ਜੀ, ਗੁਰਮਨ ਦੀ ਦੁਕਾਨ ਕੱਲ੍ਹ ਦੇ ਵਾਂਗ ਫਿਰ
ਤੁਹਾਡੇ ਸਾਹਮਣੇ ਖੁੱਲ ਗਈ ਪਦਮ ਪਦਮ ਚਾਦਰਾਂ ਵਾਲਾ। ਠੀਕ ਹੈ ਜੀ, ਨਵੀਆਂ ਨਵੀਆਂ ਚਾਦਰਾਂ ਦੇ ਨਵੇਂ ਨਵੇਂ ਡਿਜ਼ਾਈਨ ਲੈ ਕੇ ਹਾਜ਼ਰ ਹੋਇਆ ਹੈ। ਚੱਲ ਕੋਈ ਨੀ, ਡਿਜ਼ਾਈਨ ਤਾਂ ਸੇਮ ਹੀ ਸਿੱਧੀ ਵਿਛਾਉਣੀ ਆ ਨਾ। ਸੋ ਗਾਇਸ, ਦਿੱਲੀ ਦਾ ਮੌਸਮ ਅਪਡੇਟ ਇਹ ਹੈ ਵੀ ਅੱਜ ਹਵਾ ਸ਼ਾਮ ਨੂੰ ਚੱਲ ਪਈ ਸੀ ਠੰਡੀ, ਅਤੇ ਲੱਗਦਾ ਕਿਤੇ ਨਾ ਕਿਤੇ ਮੀਂਹ ਆ ਗਿਆ ਅਤੇ ਬੱਦਲ ਵੀ ਥੋੜ੍ਹੇ ਥੋੜ੍ਹੇ ਹੋਏ ਹੋਏ ਨੇ। ਦੇਖੋ ਬਾਕੀ ਕੀ ਬਣਦਾ, ਆਉਂਦਾ ਕਿ ਨਹੀਂ ਬੱਦਲ। ਗੱਡੀ ਖੜ੍ਹੀ ਹੈ ਆਪਣੀ, ਗੱਡੀ ਦੇ ਨਾ ਛੱਤ 'ਤੇ ਪਾਤਾ ਡੈਂਟ ਕੁੱਤਿਆਂ ਨੇ ਬੈਠ ਬੈਠ ਕੇ, ਜਿਹੜਾ ਉਹ ਬੈਠਾ ਉਹਨੇ ਰਾਤ ਨੂੰ ਜਾ ਕੇ ਛੱਤ 'ਤੇ ਬੈਠ ਜਾਣਾ, ਅਤੇ ਸਵੇਰੇ ਜਦੋਂ ਬੈਠਦੇ ਆ ਨਾ ਪਹਿਲਾਂ ਛੱਤ ਨੂੰ ਥੱਪੜ ਮਾਰ ਕੇ ਡੈਂਟ ਕੱਢਣਾ ਪੈਂਦਾ। ਚਲੋ ਕੋਈ ਨਹੀਂ, ਦਿੱਲੀ 'ਚ ਹਰੇਕ ਗੱਡੀ ਦਾ ਇਹੀ ਹਾਲ ਹੈ। ਅਤੇ ਆ ਫਿਰਦੇ ਨੇ ਕੁੱਤੇ ਜਿਹੜੇ, ਇਹਨਾਂ ਨੇ ਰਾਤ ਨੂੰ ਇੱਥੇ ਸੀਟ ਲੈਣੀ ਆ ਆਪਣੀ ਗੱਡੀ ਦੇ ਵਿੱਚ। ਸੋ ਠੰਡੀ ਠੰਡੀ ਹਵਾ ਅਤੇ ਦਿੱਲੀ ਦੀ ਗਲੀ। ਸੋ ਗਾਇਜ਼, ਅਸੀਂ ਆ ਗਏ ਹੁਣ ਘਰੇ, ਰੋਟੀ ਖਾ ਲਈ ਸੀ ਪਹਿਲਾਂ, ਫਿਰ ਖਾ ਲਏ, ਕੁੜੀ ਕਹਿੰਦੀ ਮੋਮੋਜ਼ ਖਾਣੇ ਨੇ, ਅਤੇ ਫਿਰ ਆਈਸਕ੍ਰੀਮ ਖਾ ਕੇ ਫਾਈਨਲੀ ਘਰੇ ਆ ਗਏ। ਅਤੇ ਹੁਣ ਟਾਈਮ ਵੱਜ ਗਏ ਨੇ 10, 10 ਦਾ ਮਤਲਬ ਹੈ ਕਿ ਹੁਣ ਬਸ। ਠੀਕ ਹੈ ਜੀ, ਸੋ 10 ਗਏ ਨੇ ਵੱਜ, ਤਾਂ ਵਲੌਗ ਨੂੰ ਐਂਡ ਕਰਨ ਦਾ ਟਾਈਮ ਆ ਗਿਆ, ਅਤੇ ਬਣਾਉਣਾ ਵੀ ਹੈ ਫਿਰ ਐਡਿਟ ਕਰਕੇ ਤੁਹਾਡੇ ਸਾਹਮਣੇ ਪਰੋਸਣਾ ਵੀ ਆ। ਠੀਕ ਹੈ ਜੀ, ਚੰਗਾ ਲੱਗੇ ਕਮੈਂਟ ਕਰਿਓ, ਸ਼ੇਅਰ ਕਰਿਓ ਅਤੇ ਲਾਈਕ ਕਰਿਓ, ਸਬਸਕ੍ਰਾਈਬ ਵੀ ਕਰਿਓ। ਮਿਲਦੇ ਹਾਂ ਹੁਣ ਕੱਲ੍ਹ ਇੱਕ ਨਵੇਂ ਵਲੌਗ ਦੇ ਵਿੱਚ, ਬਣੇ ਰਹੋ ਸਾਡੇ ਨਾਲ, ਉਦੋਂ ਤੱਕ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।